ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਹੇ ਪ੍ਰਾਣ ਨਾਥ ਗੋਬਿੰਦ ਹੈ, ਕਿਰਪਾ ਨਿਧਾਨ ਜਗਤ ਗੁਰੋ। ਹੇ ਸੰਸਾਰ ਤਾਪ ਹਰਣ ਹੈ, ਕਰੁਣਾ ਮੈਂ ਸਭ ਦੁੱਖ ਹਰੋ। ਹੇ ਸਰਣ ਜੋਗ ਦਇਆਲ ਹੈ, ਦੀਨਾ ਨਾਥ ਮਯਾ ਕਰੋ। ਸਰੀਰ ਸਵਸਥ ਖੀਨ ਸਮਏ, ਸਿਮਰੰਤ ਨਾਨਕ ਰਾਮ ਦਾਮੋਦਰ ਮਾਧਵੈ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਹ ਸੰਗਤ ਜੀ, ਸਾਰੀ ਸੰਗਤ ਨੂੰ ਦਾਸ ਵੱਲੋਂ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਆਪ ਜੀ ਇਸ ਕਥਾ ਰਾਹੀਂ ਆਪਣੇ ਜਨਮ ਮਰਨ ਦੇ ਬੰਧਨ ਕੱਟ ਕੇ ਮਹਾਰਾਜ ਜੀ ਦੀਆਂ ਬੇਅੰਤ ਖੁਸ਼ੀਆਂ ਆਪਣੀ ਝੋਲੀ ਵਿੱਚ ਪਾ ਰਹੇ ਹੋ। ਸੋ ਆਓ ਹੁਣ ਅੱਗੇ ਜਿਸ ਤਰ੍ਹਾਂ ਪ੍ਰਸੰਗ ਆ ਰਿਹਾ ਹੈ ਉਸ ਤਰ੍ਹਾਂ ਸਰਵਣ ਕਰੀਏ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 13 ਵਿੱਚ ਅੱਜ ਆਪਾਂ ਗੁਰੂ ਜੀ ਦਾ ਡੇਰਾ ਤੁਰਕਾਂ ਦੇ ਘੇਰੇ ਵਿੱਚ ਇਸ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਪਿਆਰੀ ਸਾਹ ਸੰਗਤ ਜੀ, ਜਿਵੇਂ ਕਿ ਆਪਾਂ ਪਿਛਲੇ ਪ੍ਰਸੰਗ ਵਿੱਚ ਸਰਵਣ ਕੀਤਾ ਸੀ ਕਿ ਗੌਰਾ ਗੁਰੂ ਜੀ ਕੋਲ ਪੁੱਜ ਕੇ ਆਪਣੇ ਪਾਪਾਂ ਦਾ ਪਛਤਾਪ ਕਰਨਾ ਚਾਹੁੰਦਾ ਸੀ, ਇਸ ਲਈ ਗੌਰਾ ਸ਼੍ਰੀ ਕੀਰਤਪੁਰ ਸਾਹਿਬ ਤੋਂ ਇੱਕ ਕੋਹ ਦੂਰ ਡੇਰਾ ਲਗਾ ਕੇ ਰਿਹਾ। ਗੁਰੂ ਜੀ ਨੂੰ ਪ੍ਰਸੰਨ ਕਰਨਾ ਚਾਹੁੰਦਾ ਸੀ ਪਰ ਕੋਈ ਮੌਕਾ ਨਹੀਂ ਸੀ ਮਿਲ ਰਿਹਾ। ਦਿਨ ਰਾਤ ਗੁਰੂ ਜੀ ਨੂੰ ਯਾਦ ਕਰਨ ਵਿੱਚ ਬਤੀਤ ਕਰਦਾ ਸੀ ਅਤੇ ਆਪਣੀ ਸੈਨਾ ਨੂੰ ਧੀਰਜ ਦਿੰਦਾ ਸੀ, ਖੁਆ ਪਿਆ ਕੇ ਉਹਨਾਂ ਦੀ ਪਾਲਣਾ ਕਰਦਾ ਸੀ ਅਤੇ ਸ਼ਸਤਰ ਵਸਤਰ ਨਾਲ ਤਿਆਰੀ ਧਾਰਨ ਕਰਦਾ ਸੀ। ਸ਼੍ਰੀ ਗੁਰੂ ਹਰਿਰਾਏ ਜੀ ਨੇ ਸਵਾਰੀ ਕਰਨੀ ਚਾਹੀ, ਉਹ ਮਾਲਵੇ ਦੇਸ਼ ਵਿੱਚ ਫਿਰਨਾ ਚਾਹੁੰਦੇ ਸਨ। ਹੌਲੀ ਹੌਲੀ ਉਹ ਸਤਲੁਜ ਦੇ ਕੰਢੇ ਪਹੁੰਚ ਗਏ। ਸਾਰੇ ਸੂਰਬੀਰ ਉਹਨਾਂ ਦੇ ਨਾਲ ਗਏ। ਨਗਾਰੀਆਂ ਉੱਤੇ ਭਾਰੀ ਡਗਾ ਵੱਜਿਆ, ਜਿਸ ਨੂੰ ਸੁਣ ਕੇ ਸੂਰਮਿਆਂ ਵਿੱਚ ਯੁੱਧ ਦੀ ਇੱਛਾ ਪ੍ਰਬਲ ਹੋਈ। ਘੋੜਿਆਂ ਨੂੰ ਪ੍ਰੇਰ ਕੇ ਬੰਦੂਕਾਂ ਚਲਾਉਂਦੇ ਸਨ, ਕਈ ਬਲਵਾਨ ਘੋੜਿਆਂ ਨੂੰ ਨਚਾਉਂਦੇ ਟਪਾਉਂਦੇ ਸਨ। ਸ਼੍ਰੀ ਹਰਿਰਾਏ ਜੀ ਵੀ ਘੋੜੇ 'ਤੇ ਚੜ੍ਹ ਗਏ, ਜਿਹੜਾ ਘੋੜਾ ਹਰ ਤਰ੍ਹਾਂ ਨਾਲ ਤੇਜ਼, ਚੰਚਲ ਅਤੇ ਬਲਵਾਨ ਸੀ। ਵਾਗਾਂ ਚੁੱਕ ਕੇ ਉਸ ਨੂੰ ਤੇਜ਼ ਕੀਤਾ। ਘੋੜਾ ਨਟਾਂ ਵਾਂਗ ਛਾਲਾਂ ਮਾਰਦਾ ਬੜੀ ਚੰਚਲਤਾ ਨਾਲ ਚੱਲਿਆ। ਨੇਜ਼ੇ ਅਤੇ ਤੀਰ ਚਲਾਉਣ ਦੀ ਇਸ ਤਰ੍ਹਾਂ ਮਸ਼ਕ ਕਰਦੇ ਸਨ ਜਿਵੇਂ ਰਣਖੇਤਰ ਵਿੱਚ ਸ੍ਰੇਸ਼ਟ ਸੂਰਬੀਰਾਂ ਨੂੰ ਮਾਰਦੇ ਹੋਣ। ਘੋੜਿਆਂ ਨੂੰ ਮੈਦਾਨ ਵਿੱਚ ਬਹੁਤ ਭਜਾ ਦਿੱਤਾ, ਮਨ ਵਾਂਗ ਜਿਹੜੇ ਬਹੁਤ ਤੇਜ਼ ਸਨ। ਸਾਰਿਆਂ ਨੇ ਚੰਗੀ ਤਰ੍ਹਾਂ ਫੇਰ ਕੇ ਵਿਖਾਏ ਅਤੇ ਪਿਛਲੀ ਸੈਨਾ ਨੂੰ ਨਾਲ ਬੁਲਾਉਣ ਵਾਸਤੇ ਖੜ੍ਹੇ ਹੋ ਗਏ। ਰਾਹ ਦੇ ਵਿੱਚ ਅਨੇਕ ਪ੍ਰਕਾਰ ਨਾਲ ਚੱਲਦੇ ਸਨ, ਪ੍ਰਭੂ ਗੁਰੂ ਜੀ ਕੌਤਕ ਕਰ ਰਹੇ ਸਨ। ਸਿੱਖੀ ਵਿੱਚ ਅਨੁਪਮ ਦ੍ਰਿੜ ਕਰਦੇ ਸਨ, ਜਗਤ ਦੇ ਮਾਲਕ ਦਾ ਸੱਤਵਾਂ ਸਰੂਪ ਸਨ। ਸਤਲੁਜ ਦਰਿਆ ਦੇ ਕੰਢੇ ਕੰਢੇ ਚੱਲ ਕੇ ਆ ਰਹੇ ਸਨ, ਦਿਨੇ ਚੱਲਦੇ ਸਨ ਅਤੇ ਰਾਤ ਨੂੰ ਡੇਰਾ ਕਰਦੇ ਸਨ। ਮਹਿਲਾਵਾਂ ਦੇ ਨਾਲ ਕਈ ਡੋਲੇ ਸਨ, ਉਹਨਾਂ ਨੂੰ ਵੀ ਸਤਿਗੁਰੂ ਜੀ ਨਾਲ ਹੀ ਲਿਆਏ ਸਨ। ਰੱਥਾਂ ਅਤੇ ਗੱਡਿਆਂ ਵਿੱਚ ਬਹੁਤ ਦਾਸੀਆਂ ਬੈਠੀਆਂ ਸਨ ਜਿਹੜੀਆਂ ਪਾਸ ਰਹਿ ਕੇ ਸੇਵਾ ਕਰਦੀਆਂ ਸਨ। ਜਿੱਥੇ ਪ੍ਰਭੂ ਜੀ ਉਤਰ ਕੇ ਸੁੱਖ ਪਾਉਂਦੇ ਸਨ ਉਸ ਤੋਂ ਗੌਰਾ ਇੱਕ ਕੋਹ ਪਿੱਛੇ ਡੇਰਾ ਲਾ ਲੈਂਦਾ ਸੀ। ਉਸ ਦੇ ਨਾਲ 300 ਘੋੜ ਸਵਾਰ ਸੂਰਮਾ ਸੀ, ਬੜੇ ਸ਼ਸਤਰ ਧਾਰਨ ਕਰਕੇ ਉਹ ਜੰਗ ਲੜਦੇ ਸਨ। ਰਾਤ ਨੂੰ ਸੁੱਖ ਪਾ ਕੇ ਆਰਾਮ ਕੀਤਾ, ਖਾ ਪੀ ਕੇ ਫਿਰ ਸੌਂ ਗਏ। ਸਵੇਰ ਹੋਈ ਤਾਂ ਸ਼ੌਚ ਇਸ਼ਨਾਨ ਕੀਤਾ ਅਤੇ ਘੋੜਿਆਂ 'ਤੇ ਕਾਠੀਆਂ ਪਾ ਕੇ ਚੱਲ ਪਏ। ਸ਼੍ਰੀ ਗੁਰੂ ਹਰਿਰਾਏ ਜੀ ਸਭ ਤੋਂ ਅੱਗੇ ਚੱਲੇ, ਨਗਾਰੇ ਵੱਜੇ ਤਾਂ ਸਾਰੀ ਸੈਨਾ ਵੀ ਨਾਲ ਚੱਲ ਪਈ। ਗੁਰੂ ਜੀ ਦੇ ਪਿੱਛੇ ਮਹਿਲਾਵਾਂ ਦੇ ਡੋਲੇ ਸਨ ਅਤੇ ਦਾਸ ਦਾਸੀਆਂ ਦੇ ਰੱਥ ਅਤੇ ਗੱਡੇ ਸਨ। ਖਬਰ ਲੈ ਕੇ ਗੌਰਾ ਵੀ ਚੜ੍ਹ ਕੇ ਚੱਲ ਪਿਆ ਅਤੇ ਉਸਨੇ ਵੀ ਆਪਣੇ ਨਗਾਰੇ ਬਹੁਤ ਉੱਚੀ ਵਜਾਏ। ਸਤਲੁਜ ਦਰਿਆ ਦੇ ਨੇੜੇ ਨੇੜੇ ਹੀ ਚੱਲ ਕੇ ਆ ਰਹੇ ਸਨ। ਸਾਰੀ ਵਹੀਰ ਉਸੇ ਰਾਹ ਪਈ ਚੱਲੀ ਜਾ ਰਹੀ ਸੀ। ਲਾਹੌਰ ਤੋਂ ਤੁਰਕਾਂ ਦੇ ਇੱਕ ਵੱਡੇ ਅਮੀਰ ਦਾ ਡੇਰਾ ਚੱਲਿਆ ਜਾ ਰਿਹਾ ਸੀ। ਉਹ ਦਿੱਲੀ ਤੁਰਕ ਬਾਦਸ਼ਾਹ ਪਾਸ ਪਹੁੰਚਣਾ ਚਾਹੁੰਦਾ ਸੀ ਅਤੇ ਉਸ ਦੇ ਨਾਲ ਸੂਰਮਿਆਂ ਦੀ ਵੱਡੀ ਭੀੜ ਸੀ। ਸ਼੍ਰੀ ਗੁਰੂ ਹਰਿਰਾਏ ਜੀ ਅੱਗੇ ਅੱਗੇ ਆ ਰਹੇ ਸਨ ਅਤੇ ਮਹਿਲਾਵਾਂ ਆਦਿਕ ਸਾਰੇ ਬਹੁਤ ਪਿੱਛੇ ਸਨ। ਉਹਨਾਂ ਪਾਸੋਂ ਬਹੁਤ ਹੌਲੀ ਚੱਲਿਆ ਜਾਂਦਾ ਸੀ। ਤੁਰਕਾਂ ਦੀ ਫੌਜ ਨੇ ਮਹਿਲਾਵਾਂ ਦੇ ਡੋਲਿਆਂ ਆਦਿ ਨੂੰ ਵੇਖਿਆ
ਪੁੱਛਿਆ, ਇਹ ਕਿਸ ਦਾ ਡੇਰਾ ਹੈ? ਵੱਡੀ ਵਹੀਰ ਚਲੀ ਜਾ ਰਹੀ ਹੈ। ਉਹਨਾਂ ਨੂੰ ਸੁਣਾ ਕੇ ਕਿਹਾ, ਗੁਰੂ ਹਰਿਰਾਏ ਜੀ ਸਾਰੀ ਸੈਨਾ ਸਮੇਤ ਅੱਗੇ ਗਏ ਹਨ, ਉਹਨਾਂ ਦੀ ਇਹ ਵਹੀਰ ਉੱਧਰ ਜਾ ਰਹੀ ਹੈ। ਜਦ ਤੁਰਕਾਂ ਨੇ ਐਸੀ ਖਬਰ ਸੁਣੀ ਤਾਂ ਉਹ ਉਮਰਾਵ ਕਹਿਣ ਲੱਗਾ ਅਤੇ ਪਹਿਲੇ ਵੈਰ ਦਾ ਉਸਨੂੰ ਕ੍ਰੋਧ ਜਾਗਿਆ। ਇਹਨਾਂ ਦਾ ਜਦ ਪਿਤਾਮਾ ਸੀ ਤਾਂ ਉਸਨੇ ਮੇਰੇ ਪਿਤਾਮਾ ਨੂੰ ਮਾਰਿਆ ਸੀ। ਮੁਖਲਸ ਖਾਨ ਵੱਡਾ ਬਾਂਕਾ ਸੂਰਮਾ ਸੀ। ਰਣ ਖੇਤਰ ਵਿੱਚ ਨਿਸ਼ੰਕ ਹੋ ਕੇ ਇਹਨਾਂ ਦੇ ਪਿਤਾਮਾ ਨੇ ਉਸਨੂੰ ਮਾਰਿਆ। ਹੁਣ ਅਚਾਨਕ ਸਾਡਾ ਮੇਲ ਹੋ ਗਿਆ ਹੈ, ਇਹਨਾਂ ਦੇ ਸਾਰੇ ਦਲ ਨੂੰ ਲੁੱਟ ਲੈਂਦਾ ਹਾਂ। ਰੱਥ ਅਤੇ ਡੋਲੇ ਘੇਰ ਲਓ, ਇਹਨਾਂ ਨੂੰ ਅੱਗੇ ਨਾ ਜਾਣ ਦਿਓ। ਬੰਦੂਕਾਂ ਦੇ ਸਾਰੇ ਤੌੜੇ ਧੁਖਾ ਲਵੋ। ਜੇ ਆਪਣਾ ਦਲ ਲੜਨ ਵਾਸਤੇ ਖੜ੍ਹਾ ਕਰਨ ਤਦ ਲੜੋ। ਇਹ ਸੁਣ ਕੇ ਤੁਰਕਾਂ ਦੇ ਸਮੂਹ ਨੇ ਗੁਰੂ ਜੀ ਦੇ ਵਹੀਰ ਨੂੰ ਅੱਗੇ ਹੋ ਕੇ ਘੇਰ ਲਿਆ। ਇੱਕ ਅਸਵਾਰ ਘੋੜਾ ਭਜਾਉਂਦਾ ਗਿਆ ਅਤੇ ਗੁਰੂ ਜੀ ਨੂੰ ਮਿਲ ਕੇ ਉਸਨੇ ਕਿਹਾ, ਪ੍ਰਭੂ ਜੀ, ਆਪ ਜੀ ਅੱਗੇ ਚਲੇ ਜਾ ਰਹੇ ਹੋ, ਪਿੱਛੇ ਤੁਰਕ ਬੜਾ ਗੁੱਸਾ ਖਾ ਕੇ ਆ ਪਏ ਹਨ। ਤੁਹਾਡੀ ਸਾਰੀ ਵਹੀਰ ਨੂੰ ਉਹਨਾਂ ਨੇ ਘੇਰ ਲਿਆ ਹੈ, ਵਾਪਸ ਮੁੜ ਕੇ ਉਹਨਾਂ ਦੇ ਵੱਡੇ ਸਹਾਇਕ ਬਣੋ। ਇਹ ਸੁਣ ਕੇ ਗੁਰੂ ਜੀ ਨੇ ਘੋੜਾ ਰੋਕਿਆ, ਸਾਰਾ ਬਲਵਾਨ ਦਲ ਨਾਲ ਮਿਲ ਪਿਆ। ਇਹ ਤਾਂ ਜੰਗ ਦਾ ਕਾਰਜ ਆ ਪਿਆ ਹੈ, ਸਾਡੇ ਪਿਤਾਮਾ ਨੇ ਜੰਗ ਕਰਨ ਤੋਂ ਮਨ੍ਹਾ ਕੀਤਾ ਹੈ, ਨਾਮੁਨਾਸਿਬ ਗੱਲ ਆ ਪਈ ਹੈ। ਗੁਰੂ ਭਗਵਾਨ ਨੇ ਖੜ੍ਹੇ ਹੋ ਕੇ ਵਿਚਾਰ ਕੀਤੀ। ਗੁਰੂ ਜੀ ਨੇ ਪੁੱਛਿਆ, ਪਿੱਛੇ ਕੌਣ ਹੈ, ਕਿਹੜਾ ਭਾਰੀ ਬਲ ਵਾਲਾ ਜਥੇਦਾਰ ਆ ਰਿਹਾ ਹੈ? ਹੱਥ ਜੋੜ ਕੇ ਉਸ ਸਵਾਰ ਨੇ ਸਾਰੀ ਗੱਲ ਸੁਣਾਈ। ਪ੍ਰਭੂ ਜੀ, ਸਾਰੀ ਸੈਨਾ ਚੱਲ ਕੇ ਆ ਗਈ ਹੈ, ਸ਼ਸਤਰਹੀਨ ਸਾਰੇ ਪਿੱਛੇ ਆ ਰਹੇ ਹਨ। ਦੂਰ ਨਗਾਰੇ ਦੀ ਆਵਾਜ਼ ਸੁਣੀ ਹੈ, ਭਾਈ ਭਗਤੂ ਦਾ ਗੌਰਾ ਆ ਰਿਹਾ ਹੈ, ਹੋਰ ਤਾਂ ਕੋਈ ਸੈਨਾਪਤੀ ਨਹੀਂ ਵੇਖਿਆ। ਇਹ ਸੁਣ ਕੇ ਸ਼੍ਰੀ ਗੁਰੂ ਹਰਿਰਾਏ ਜੀ ਨੇ ਕਿਹਾ, ਜੇ ਭਗਤੂ ਦਾ ਪੁੱਤਰ ਉਸ ਥਾਂ ਹੈ ਤਾਂ ਉਹ ਆਪਣੀਆਂ ਮਾਤਾਵਾਂ ਨੂੰ ਆਪੇ ਲਿਆਵੇਗਾ, ਤੁਰਕ ਨਾਲ ਲੜ ਕੇ ਸਭ ਨੂੰ ਬਚਾਵੇਗਾ। ਇਹ ਕਹਿ ਕੇ ਚੰਚਲ ਘੋੜੇ ਨੂੰ ਅੱਗੇ ਚਲਾਇਆ ਅਤੇ ਸੈਨਾ ਦਾ ਦਲ ਉਮੜ ਕੇ ਆ ਗਿਆ। ਸੈਨਾ ਦੇ ਸੂਰਬੀਰ ਮਨ ਵਿੱਚ ਸੋਚਦੇ ਸਨ ਕਿ ਨਾ ਹੀ ਸਤਿਗੁਰੂ ਮੁੜੇ ਹਨ ਅਤੇ ਨਾ ਲੜਨ ਵਾਸਤੇ ਸਾਨੂੰ ਹੁਕਮ ਕੀਤਾ ਹੈ। ਤੁਰਕਾਂ ਦਾ ਦਲ ਬਹੁਤ ਵੱਡਾ ਹੋਵੇਗਾ, ਜੇ ਅਸੀਂ ਮਾਰੀਏ ਤਾਂ ਫਿਰ ਇਹ ਨਾ ਕਹਿਣ ਕਿ ਤੁਸੀਂ ਕਿਉਂ ਲੜੇ। ਗੁਰੂ ਜੀ ਦੇ ਸਾਹਮਣੇ ਕੋਈ ਬੋਲਦਾ ਨਹੀਂ ਸੀ, ਸਾਰੇ ਨੀਵੀਆਂ ਅੱਖਾਂ ਕਰਕੇ ਨਾਲ ਚੱਲ ਰਹੇ ਸਨ। ਗੁਰੂ ਜੀ ਦੇ ਮਹਿਲ ਆ ਰਹੇ ਹਨ, ਇਹ ਕਾਰਜ ਬੜਾ ਖੋਟਾ ਹੈ। ਸਭ ਯੋਧੇ ਸੈਨਾਪਤੀ ਆਦਿ ਖੁਸ਼ੀ ਰਹਿਤ ਹੋ ਕੇ ਚੁੱਪ ਵੱਟੀ ਨਾਲ ਚਲੇ ਜਾ ਰਹੇ ਸਨ। ਜਿੱਥੇ ਤੁਰਕ ਦਲ ਇਕੱਠਾ ਹੋਇਆ ਉੱਥੇ ਆ ਕੇ ਗੌਰੇ ਨੇ ਸਭ ਕੁਛ ਵੇਖਿਆ, ਆਪਣੇ ਇੱਕ ਸਵਾਰ ਨੂੰ ਭੇਜਿਆ। ਉਸਨੇ ਜਾ ਕੇ ਪੁੱਛਿਆ, ਗੁਰੂ ਜੀ ਦੀ ਵਹੀਰ ਨੂੰ ਤੁਸੀਂ ਕਿਉਂ ਰੋਕਿਆ ਹੈ? ਰਾਹ ਛੱਡ ਦਿਓ, ਅਸੀਂ ਜਾਣਾ ਹੈ, ਨਹੀਂ ਤਾਂ ਸ਼ਸਤਰਾਂ ਦਾ ਵੱਡਾ ਯੁੱਧ ਮੱਚ ਜਾਏਗਾ। ਇਹ ਤੁਹਾਡੀ ਪ੍ਰਜਾ ਦੇ ਲੋਕ ਨਹੀਂ ਹਨ ਬਲ ਕਰਕੇ ਜਿਨ੍ਹਾਂ ਨੂੰ ਰੋਕ ਲੈਂਦੇ ਹੋ। ਮਰਨਾ ਮਾਰਨਾ ਸਾਡਾ ਕਾਰਜ ਹੈ, ਸਾਹਮਣੇ ਖੜ੍ਹੇ ਹੋ ਕੇ ਨਾ ਵੇਖੋ, ਸਾਡਾ ਰਾਹ ਛੱਡ ਦਿਓ। ਇਹ ਸੁਣ ਕੇ ਤੁਰਕ ਜਿਨ੍ਹਾਂ ਦੇ ਮਨ ਵਿੱਚ ਵੱਡਾ ਘਮੰਡ ਸੀ, ਬੜੇ ਗੁੱਸੇ ਨਾਲ ਬੋਲੇ, ਤੁਹਾਡੇ ਸ਼ਸਤਰ ਖੋਹ ਲਵਾਂਗੇ, ਜੇ ਦੀਨ ਬਣ ਜਾਓਗੇ ਤਾਂ ਫਿਰ ਨਹੀਂ ਮਾਰਾਂਗੇ। ਜੇ ਆਪਣੇ ਪ੍ਰਾਣ ਪਿਆਰੇ ਜਾਣਦੇ ਹੋ ਤਾਂ ਘੋੜੇ ਅਤੇ ਸ਼ਸਤਰ ਛੱਡ ਕੇ ਚਲੇ ਜਾਓ। ਗੌਰੇ ਨੇ ਜਦ ਉਹਨਾਂ ਦੀ ਇਹ ਗੱਲ ਸੁਣੀ ਤਾਂ ਲੜਨ ਵਾਸਤੇ ਬਹੁਤ ਗੁੱਸਾ ਧਾਰਨ ਕੀਤਾ। ਹੁਣ ਮੈਂ ਆਪਣੇ ਗੁਰੂ ਵਾਸਤੇ ਆਪਣੇ ਪ੍ਰਾਣ ਗਵਾ ਦਿਆਂਗਾ ਜਾਂ ਯੁੱਧ ਜਿੱਤ ਕੇ ਆਪਣੀ ਭੁੱਲ ਬਖਸ਼ਾਵਾਂਗਾ। ਮੈਂ ਅਜਿਹੇ ਸਮੇਂ ਦੀ ਸਦਾ ਇੰਤਜ਼ਾਰ ਕਰਦਾ ਰਿਹਾ ਹਾਂ, ਹੁਣ ਮੈਂ ਇਹ ਵਧੀਆ ਸਮਾਂ ਪਾਇਆ ਹੈ। ਮੈਨੂੰ ਗੁਰੂ ਸਾਹਿਬ ਨੇ ਬਹੁਤ ਕਰੜੇ ਵਚਨ ਕਹੇ ਹਨ, ਦੋਵਾਂ ਲੋਕਾਂ ਵਿੱਚ ਦੁੱਖ ਪਾਵਾਂਗਾ, ਉਹ ਹੁਣ ਖਤਮ ਹੋ ਜਾਣਗੇ, ਇਸ ਲਈ ਉੱਦਮ ਕਰਦਾ ਹਾਂ। ਇਸ ਨਾਲੋਂ ਹੋਰ ਵੱਡਾ ਕਿਹੜਾ ਸਵਾਰਥ ਹੈ? ਇਸ ਤਰ੍ਹਾਂ ਸੋਚ ਕੇ ਮਨ ਵਿੱਚ ਬੜਾ ਉਤਸ਼ਾਹ ਕੀਤਾ, ਬੜੀ ਭਿਆਨਕ ਜੰਗ ਕਰਾਂਗਾ ਚਿੱਤ ਵਿੱਚ ਉਸਨੇ ਚਾਹਿਆ। ਜੇ ਹੁਣ ਮੈਂ ਗੁੱਸਾ ਧਾਰ ਕੇ ਨਹੀਂ ਲੜਾਂਗਾ, ਮਰਨ ਮਾਰਨ ਵਿਚਾਰ ਕੇ ਨਹੀਂ ਕਰਾਂਗਾ ਤਾਂ ਗੁਰੂ ਜੀ ਦਾ ਵੱਡਾ ਕਾਰਜ ਵਿਗੜ ਜਾਏਗਾ। ਤੁਰਕ ਟਲਣਗੇ ਨਹੀਂ, ਸਭ ਕੁਛ ਲੁੱਟ ਲੈਣਗੇ। ਜੱਗ ਵਿੱਚ ਮੇਰੇ ਜੀਵਨ ਨੂੰ ਤਿਰਕਾਰ ਹੈ, ਜਗਤ ਦੇ ਲੋਕ ਇਹ ਕਹਿਣਗੇ ਇਹ ਯੋਧਾ ਨਹੀਂ ਹੈ। ਗੁਰੂ ਜੀ ਦਾ ਕਾਰਜ ਵਿਗੜਦਾ ਵੇਖਿਆ ਹੈ ਪਰ ਲੜ ਕੇ ਕੁਝ ਦੁਸ਼ਮਣਾਂ ਨੂੰ ਨਹੀਂ ਮਾਰਿਆ ਹੈ, ਇਸ ਕਰਕੇ ਹੁਣ ਮੇਰਾ ਮਰਨਾ ਸਫਲ ਹੈ। ਜਿੱਤਾਂਗਾ ਤਾਂ ਵੱਡਾ ਕਾਰਜ ਸੁਧਾਰ ਲਵਾਂਗਾ। ਗੁਰੂ ਮਾਲਕ ਜੀ ਆਪੇ ਆ ਕੇ ਸਹਾਈ ਹੋ ਗਏ ਹਨ, ਜਿਸ ਕਰਕੇ ਐਸਾ ਅਵਸਰ ਹੱਥ ਵਿੱਚ ਆਇਆ ਹੈ। ਇਸ ਤਰ੍ਹਾਂ ਵਿਚਾਰ ਕੇ ਹੁਕਮ ਦਿੱਤਾ, ਜੰਗ ਦਾ ਨਗਾਰਾ ਵਜਾ ਦਿਓ, ਹੇ ਸਿੱਖੋ, ਬਲ ਸੰਭਾਲ ਲਓ, ਦੋਵਾਂ ਲੋਕਾਂ ਦੇ ਗੁਰੂ ਜੀ ਰਖਵਾਲੇ ਹਨ, ਹੁਣ ਪ੍ਰਾਣਾਂ ਨੂੰ ਪਿਆਰ ਨਹੀਂ ਕਰਨਾ, ਤੁਰਕਾਂ ਨੂੰ ਮਾਰਨ ਵਿੱਚ ਹੀ ਮਨ ਲਗਾਓ।
300 ਸੂਰਮੇ ਜੋ ਨਾਲ ਸਨ ਸਾਰਿਆਂ ਨੂੰ ਜੰਗ ਵਾਸਤੇ ਪ੍ਰੇਰਿਆ। ਸਾਰੇ ਸੂਰਮੇ ਪ੍ਰਸੰਨ ਹੋ ਗਏ, ਸਾਰੇ ਤੁਰਕਾਂ ਦਾ ਨਾਸ਼ ਕਰ ਦਿਆਂਗੇ। ਜਦ ਇਹਨਾਂ ਨੇ ਨਗਾਰਾ ਵਜਾਇਆ ਤਾਂ ਸਾਰਾ ਲਸ਼ਕਰ ਲੜਨ ਵਾਸਤੇ ਉਮੜ ਪਿਆ। ਸਾਰੀ ਵਹੀਰ ਨੂੰ ਇੱਕ ਪਾਸੇ ਕੀਤਾ, ਕੁਝ ਫਰਕ ਨਾਲ ਗੁਰੂ ਜੀ ਵਾਲੇ ਪਾਸੇ ਚੱਲ ਪਿਆ। ਰੋਕਣ ਲੱਗੇ ਤਾਂ ਵਿੱਚ ਗੋਰਾ ਅੜ ਗਿਆ, ਬੰਦੂਕਾਂ ਛੱਡ ਕੇ ਤੁਰੰਤ ਲੜਾਈ ਛੇੜ ਦਿੱਤੀ। ਬੰਦੂਕਾਂ ਵਿੱਚੋਂ ਗੋਲੀਆਂ ਨਿਕਲ ਤੁਰਕਾਂ ਦੇ ਸਰੀਰਾਂ ਨੂੰ ਜ਼ਖਮੀ ਕਰ ਦਿੱਤਾ। ਤੁਰੰਤ ਘੋੜੇ 'ਤੇ ਜਿਹੜੇ ਸਭ ਤੋਂ ਅੱਗੇ ਤੁਰਕ ਸਨ ਉਹ ਡਿੱਗ ਪਏ। ਅੱਗੇ ਖੜ੍ਹੇ ਹੋ ਕੇ ਉਹਨਾਂ ਨੂੰ ਘੇਰ ਲਿਆ। ਵੱਡੇ ਸੂਰਬੀਰ ਗੋਰੇ ਨੇ ਸਭ ਵੈਰੀ ਰੋਕ ਲਏ। ਵਹੀਰ ਤੁਰਕ ਦਲ ਤੋਂ ਦੂਰ ਹੋ ਕੇ ਗੁਰੂ ਜੀ ਦੇ ਪਾਸ ਵਾਲੇ ਰਸਤੇ 'ਤੇ ਚੱਲ ਪਈ ਅਤੇ ਉਹਨਾਂ ਨੇ ਚਿੰਤਾ ਛੱਡ ਦਿੱਤੀ ਅਤੇ ਧੀਰੇ ਨਾਲ ਚੱਲ ਪਏ। ਜਿਸ ਤਰ੍ਹਾਂ ਵਹੀਰ ਜਾਂਦੀ ਸੀ ਗੋਰੇ ਦੇ ਆਦਮੀ ਉਸ ਪਾਸੇ ਬੰਦੂਕਾਂ ਮਾਰਦੇ ਸਨ। ਉਹਨਾਂ ਨੂੰ ਵਹੀਰ ਦੇ ਪਿੱਛੇ ਨਾ ਜਾਣ ਦਿੱਤਾ। ਬੜਾ ਭਿਆਨਕ ਜੰਗ ਰਚਿਆ ਅਤੇ ਸ਼ਸਤਰਧਾਰੀ ਸਿੱਖ ਬਹੁਤ ਕ੍ਰੋਧ ਵਿੱਚ ਆ ਗਏ। ਹੱਥ ਵਿੱਚ ਨੇਜ਼ੇ ਫੜ ਕੇ ਘੋੜਿਆਂ ਨੂੰ ਤੇਜ਼ ਕਰਦੇ ਸਨ। ਜਿਹੜੇ ਵੈਰੀ ਵੀ ਨੇਜ਼ਿਆਂ ਨਾਲ ਪਰੋਏ ਗਏ ਉਹਨਾਂ ਨੂੰ ਜਮਾਂ ਦੇ ਘਰ ਭੇਜ ਦਿੱਤਾ। ਤਿੱਖੇ ਤੀਰ ਚੱਲਦੇ ਸਨ ਅਤੇ ਧੱਸ ਕੇ ਸਰੀਰਾਂ ਨੂੰ ਪਾੜ ਰਹੇ ਸਨ। ਸੂਰਮੇ ਘੋੜਿਆਂ ਤੋਂ ਡਿੱਗ ਪੈਂਦੇ ਸਨ ਅਤੇ ਘੋੜੇ ਖਾਲੀ ਫਿਰਦੇ ਸਨ। ਬੰਦੂਕਾਂ ਕੜਕੜ ਕਰਕੇ ਕੜਕ ਕੇ ਚੱਲਦੀਆਂ ਹਨ। ਯੋਧੇ ਜ਼ਖਮੀ ਹੋ ਗਏ ਅਤੇ ਤਲਵਾਰਾਂ ਸਰਕਦੀਆਂ ਸਨ। ਯੋਧੇ ਆਪਸ ਵਿੱਚ ਭਿੜ ਕੇ ਬਾਹਾਂ 'ਤੇ ਹੋਰ ਅੰਗ ਕੱਟ ਕੇ ਸੁੱਟ ਦਿੰਦੇ ਸਨ। ਸੂਰਬੀਰ ਹਮਲਾ ਕਰਦੇ ਸਨ ਅਤੇ ਮਾਰ ਲਵੋ ਪੁਕਾਰਦੇ ਸਨ। ਠਠੰਬਰੀ ਸੈਨਾ ਵੇਖ ਕੇ ਉਮਰਾਵ ਬੜੇ ਗੁੱਸੇ ਵਿੱਚ ਆ ਕੇ ਕਹਿਣ ਲੱਗੇ, ਹੁਣ ਖੜ੍ਹੇ ਕੀ ਵੇਖਦੇ ਹੋ? ਕਿਉਂ ਵੈਰੀ ਨੂੰ ਜ਼ਖਮੀ ਨਹੀਂ ਕਰਦੇ? ਇੱਕ ਵਾਰ ਹਮਲਾ ਕਰਕੇ ਜਿਹੜੇ ਖੜ੍ਹੇ ਹਨ ਉਹਨਾਂ ਨੂੰ ਭਜਾ ਦਿਓ, ਫਿਰ ਵਹੀਰ ਨੂੰ ਲੁੱਟੋ ਅਤੇ ਸਾਰਾ ਵੱਡਾ ਮਾਲ ਅਸਬਾਬ ਸੰਭਾਲ ਲਓ। ਅਮੀਰ ਦੀ ਗੱਲ ਸੁਣੀ ਅਤੇ ਮਾਲਕ ਜਾਣ ਕੇ ਮੰਨੀ। ਬੰਦੂਕਾਂ ਸੰਭਾਲੀਆਂ ਅਤੇ ਉਹਨਾਂ ਵਿੱਚ ਬਰੂਦ ਪਾਇਆ, ਫਿਰ ਵਿੱਚ ਗੋਲੀਆਂ ਠੋਕੀਆਂ ਅਤੇ ਤਿਆਰ ਕਰਕੇ ਚਲਾਈਆਂ। ਤੜਤੜ ਦੀ ਆਵਾਜ਼ ਉੱਠੀ ਅਤੇ ਫਿਰ ਪਲੀਤੇ ਤੋਂ ਖਾਏ। ਘੋੜਿਆਂ ਨੂੰ ਬੜੀ ਤੇਜ਼ੀ ਨਾਲ ਭੰਭਾਇਆ ਅਤੇ ਫਿਰ ਨੇੜੇ ਆ ਕੇ ਨੇਜ਼ੇ ਭਰਵਾਏ। ਸੂਰਬੀਰ ਗੋਰਾ ਬਹੁਤ ਗੁੱਸੇ ਵਿੱਚ ਆਇਆ। ਉਹ ਉਸ ਥਾਂ ਹੀ ਖੜ੍ਹਾ ਸੀ, ਪੈਰਾਂ ਨੂੰ ਚੰਗੀ ਤਰ੍ਹਾਂ ਜਮਾਇਆ, ਪੈਰ ਚਲਾਏ ਨਹੀਂ। ਬੰਦੂਕਾਂ ਵਿੱਚੋਂ ਗੋਲੀਆਂ ਇੱਕੇ ਵਾਰ ਛੱਡੀਆਂ। ਸਾਰੇ ਸਿੱਖ ਬੋਲਦੇ ਸਨ, ਵੈਰੀ ਨੂੰ ਮਾਰ ਲਓ। ਤਿੰਨਾਂ ਨੇ ਜ਼ੋਰ ਪਾਇਆ, ਵੱਡਾ ਹਮਲਾ ਕੀਤਾ, ਖੜ੍ਹੇ ਹੋ ਕੇ ਝੱਲਿਆਂ 'ਤੇ ਕ੍ਰੋਧ ਕਰ ਕਰਕੇ ਮਾਰੇ। ਉਥਲਦੇ ਸਨ, ਪੱਥਲਦੇ ਸਨ, ਪਰ ਇੱਕ ਪੈਰ ਵੀ ਨਹੀਂ ਸੀ ਹਿਲਦੇ। ਵੈਰੀ ਦਾ ਮੂੰਹ ਤੋੜ ਦਿੱਤਾ ਅਤੇ ਪਿੱਛੇ ਮੋੜ ਦਿੱਤਾ। ਫਿਰ ਬਹੁਤ ਕ੍ਰੋਧ ਛਾ ਗਿਆ, ਬਹੁਤ ਸੈਨਾ ਆਈ ਅਤੇ ਉਹਨਾਂ ਨੇ ਬੰਦੂਕਾਂ ਚਲਾਈਆਂ ਅਤੇ ਨਗਾਰੇ ਵਜਾਏ। ਵਹੀਰ ਦੂਰ ਲੰਘ ਗਈ। ਗੋਰੇ ਨੇ ਆਪਣੇ ਨੇੜੇ ਨਾ ਵੇਖਿਆ। ਤਦ ਸੂਰਬੀਰ ਗੋਰਾ ਧੀਰਜ ਧਾਰ ਕੇ ਲੜਿਆ। ਗੋਰਾ ਥੋੜ੍ਹਾ ਪਿੱਛੇ ਹਟ ਗਿਆ, ਚੰਗਾ ਲੋਹਾ ਖੜ ਗਿਆ। ਜਦ ਦਿਨ ਦਾ ਅੰਤ ਜਾਣਿਆ ਤਾਂ ਤੀਰ ਨਾਲ ਮਾਰੇ, ਫਿਰ ਕਿਰਪਾਨਾਂ ਕੱਢੀਆਂ ਅਤੇ ਨੇੜੇ ਢੋਕੇ ਮਾਰੀਆਂ। ਹੱਥੋਂ ਹੱਥੀ ਹੋ ਗਏ, ਦੁਸ਼ਮਣ ਦੇ ਪ੍ਰਾਣ ਖੋਲ੍ਹੇ। ਜਿਸ ਵੀ ਵਾਰ ਕੀਤਾ ਜਾਣ ਨਹੀਂ ਦਿੱਤਾ। ਗੋਰਾ ਮਹਾਨ ਸੂਰਬੀਰ ਹੈ, ਜੰਗ ਦੇ ਮੈਦਾਨ ਵਿੱਚ ਸਾਰੇ ਦੌੜ ਕੇ ਫਿਰਿਆ, ਲਹੂ ਨਾਲ ਲਿਬੜੀਆਂ ਕਿਰਪਾਨਾਂ ਸੰਭਾਲੀਆਂ, ਖਚਾ ਖਚ ਤਲਵਾਰਾਂ ਚਲਾਉਂਦੇ ਸਨ ਅਤੇ ਵੈਰੀ ਦੇ ਅੰਗ ਕੱਟ ਕੇ ਲਾਹ ਦਿੰਦੇ ਸਨ। ਵੱਡਾ ਜੰਗ ਘਾਲਿਆ, ਸਾਰੀ ਧਰਤੀ ਲਾਲ ਹੋ ਗਈ, ਰੁੰਡ ਮੁੰਡ ਹੋ ਕੇ ਡਿੱਗ ਪਏ, ਸਿਰਾਂ ਦੇ ਟੋਟੇ ਟੋਟੇ ਕਰ ਦਿੱਤੇ। ਸਮੂਹ ਤੁਰਕਾਂ ਨਾਲ ਲੜਦਾ ਰਿਹਾ ਅਤੇ ਬੰਦੂਕਾਂ ਤਲਵਾਰਾਂ ਨਾਲ ਉਹਨਾਂ ਨੂੰ ਮਾਰਿਆ। ਵੈਰੀਆਂ ਨੂੰ ਵਹੀਰ ਦੇ ਪਿੱਛੇ ਅੱਗੇ ਨਹੀਂ ਜਾਣ ਦਿੱਤਾ ਅਤੇ ਤਖਤੇ ਵਾਂਗ ਅੜਿਆ ਰਿਹਾ। ਗੁਰੂ ਜੀ ਦੇ ਮਹਿਲ ਅਤੇ ਹੋਰ ਸਾਰੀ ਵਹੀਰ ਆਪਣੀਆਂ ਵਸਤਾਂ ਸਹਿਤ ਚਲੇ ਗਏ ਅਤੇ ਰਾਹ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਿਘਨ ਨਾ ਪਿਆ। ਜਦ ਤੱਕ ਦਿਨ ਦਾ ਪ੍ਰਕਾਸ਼ ਰਿਹਾ ਤਦ ਤੱਕ ਸਥਿਰ ਹੋ ਕੇ ਜੰਗ ਕਰਦਾ ਅੜਿਆ ਰਿਹਾ। ਫਿਰ ਸੂਰਜ ਡੁੱਬ ਗਿਆ, ਹਨੇਰਾ ਫੈਲ ਗਿਆ, ਰਣ ਖੇਤਰ ਵਿੱਚ ਕੁਝ ਵੀ ਦਿਖਾਈ ਨਹੀਂ ਸੀ ਦਿੰਦਾ। ਤੁਰਕ ਤਦ ਹਨੇਰਾ ਜਾਣ ਕੇ ਯੁੱਧ ਛੱਡ ਕੇ ਵਾਪਸ ਹੋ ਗਏ ਜਿੱਥੇ ਅਮੀਰ ਦਾ ਡੇਰਾ ਸੀ। ਹੁਣ ਰਾਤ ਪੈ ਗਈ ਹੈ ਅਤੇ ਕੁਝ ਵੀ ਵਸ ਨਹੀਂ ਚੱਲਦਾ ਅਤੇ ਵੈਰੀ ਸੈਨਾ ਬੜਾ ਜ਼ੋਰ ਲਾ ਕੇ ਲੜੀ ਹੈ। ਉਹ ਘਬਰਾਏ ਨਹੀਂ ਹਨ, ਧੀਰਜ ਧਾਰ ਕੇ ਲੜੇ ਹਨ। ਫਜ਼ੂਲ ਵਿੱਚ ਸੂਰਮਿਆਂ ਨੂੰ ਭੇਡ ਕੇ ਮਰਵਾ ਲਿਆ ਹੈ। ਤੁਰਕਾਂ ਨੇ ਪਿੱਛੇ ਹਟ ਕੇ ਡੇਰਾ ਕਰ ਲਿਆ। ਮਰੇ ਹੋਏ ਅਤੇ ਜ਼ਖਮੀ ਵੇਖ ਕੇ ਸੰਭਾਲ ਲਏ। ਭਾਈ ਭਗਤੂ ਦਾ ਪੁੱਤਰ ਨਗਾਰੇ ਵਜਵਾ ਰਿਹਾ ਸੀ ਅਤੇ ਸ਼੍ਰੀ ਗੁਰੂ ਹਰਰਾਏ ਜੀ ਵਾਲੇ ਪਾਸੇ ਜਾ ਰਿਹਾ ਸੀ। ਜਦ ਇੱਕੋ ਪਿੱਛੇ ਰਹਿ ਗਿਆ ਤਾਂ ਖੜ੍ਹਾ ਹੋ ਗਿਆ ਅਤੇ ਆਪਣੇ ਸੂਰਮਿਆਂ ਦਾ ਡੇਰਾ ਲਾ ਦਿੱਤਾ। ਵਹੀਰ ਸਾਰੀ ਗੁਰੂ ਜੀ ਦੇ ਪਾਸ ਪਹੁੰਚ ਗਈ। ਜਦ ਉਹ ਮਿਲੇ ਤਾਂ ਗੁਰੂ ਜੀ ਨੇ ਪੁੱਛਿਆ, ਤੁਰਕਾਂ ਨੇ ਤੁਹਾਡਾ ਕੋਈ ਨੁਕਸਾਨ ਤਾਂ ਨਹੀਂ ਕੀਤਾ?
ਆਪਣੀਆਂ ਸਾਰੀਆਂ ਵਸਤਾਂ ਲੈ ਕੇ ਪਹੁੰਚ ਗਏ ਹੋ? ਕਿਵੇਂ ਜੰਗ ਹੋਇਆ ਅਤੇ ਵੱਡਾ ਰੌਲਾ ਮਚਿਆ? ਅਤੇ ਇਹ ਦੱਸੋ, ਕਿੰਨੇ ਸੂਰਮਿਆਂ ਦੇ ਸਮੂਹ ਨੇ ਤੁਹਾਨੂੰ ਰੋਕਿਆ? ਉਹਨਾਂ ਵਿੱਚ ਇੱਕ ਮਹਾਨ ਬੁੱਧੀਮਾਨ ਵਿਅਕਤੀ ਸੀ। ਉਸਨੇ ਸਾਰੀ ਜੰਗ ਦਾ ਪ੍ਰਸੰਗ ਸੁਣਾ ਕੇ ਕਿਹਾ, ਭਗਤੂ ਦੇ ਪੁੱਤਰ ਨੇ ਵੈਰੀ ਨੂੰ ਵੇਖ ਲਿਆ ਜਿਹੜਾ ਲਲਕਾਰਦਾ ਉਹਨਾਂ ਦੇ ਨੇੜੇ ਗਿਆ। ਜਦ ਉਹਨਾਂ ਨੂੰ ਬਹੁਤ ਵਾਰ ਵਰਜਿਆ ਅਤੇ ਰੋਕਿਆ ਤਾਂ ਉਹ ਹਟੇ ਨਹੀਂ ਅਤੇ ਉਹ ਦੌੜ ਪਏ। ਫਿਰ ਗੌਰਾ ਆਪਣੇ ਸੂਰਮਿਆਂ ਨੂੰ ਲਲਕਾਰ ਕੇ ਸਥਿਰ ਹੋ ਕੇ ਅੱਗੇ ਆ ਖਲੋਤਾ ਅਤੇ ਇੱਕ ਪੈਰ ਵੀ ਨਾ ਚੱਲਿਆ। ਰਣ ਖੇਤਰ ਵਿੱਚ ਮਾਨੋ ਉਸ ਸਮੇਂ ਇੱਕ ਖੰਭਾ ਖੜਾ ਸੀ। ਤੁਰਕਾਂ ਨੇ ਵੇਖ ਕੇ ਜ਼ੋਰ ਲਾਇਆ, ਬੰਦੂਕਾਂ ਦੀ ਮਾਰ ਹੋਣ ਲੱਗੀ, ਬਹੁਤ ਜੰਗ ਮਚਿਆ ਅਤੇ ਦੋਵੇਂ ਪਾਸੀ ਬਹੁਤ ਗੁੱਸਾ ਜਾਗਿਆ। ਵੈਰੀਆਂ ਨੂੰ ਮਾਰ ਕੇ ਸਭ ਨੂੰ ਉੱਥੇ ਰੋਕ ਰੱਖਿਆ ਅਤੇ ਫਿਰ ਉਹਨਾਂ ਨੂੰ ਉੱਥੇ ਨਹੀਂ ਆਉਣ ਦਿੱਤਾ ਜਿੱਥੇ ਵਹੀਰ ਜਾ ਰਹੀ ਸੀ। ਤਲਵਾਰਾਂ ਦੇ ਵਾਰ ਕੀਤੇ ਅਤੇ ਬਹੁਤ ਵੈਰੀ ਜੋ ਅੱਗੇ ਹੋ ਕੇ ਲੜੇ ਮਾਰੇ ਗਏ। ਸਾਡੇ ਵੱਲ ਆਉਣ ਵਾਸਤੇ ਬਹੁਤ ਸ਼ਕਤੀ ਲਾਉਂਦੇ ਰਹੇ, ਪਰ ਮਾਰ ਮਾਰ ਅਤੇ ਘਾਇਲ ਕਰਕੇ ਉਸ ਸਥਾਨ ਹੀ ਖੜ੍ਹੇ ਰਹੇ। ਕੋਈ ਵੀ ਵਸਤੂ ਨਹੀਂ ਗਈ ਹੈ ਅਤੇ ਨਾ ਹੀ ਕਿਸੇ ਪ੍ਰਕਾਰ ਦਾ ਡਰ ਅਨੁਭਵ ਹੋਇਆ ਹੈ। ਰਾਹ ਵਿੱਚ ਆਨੰਦ ਨਾਲ ਚੱਲ ਕੇ ਪਹੁੰਚੇ ਹਾਂ। ਤੁਸੀਂ ਆਪ ਹੀ ਸਹਾਇਕ ਹੋਏ ਰਹੇ ਹੋ। ਭਾਈ ਭਗਤੂ ਦਾ ਪੁੱਤਰ ਬੜਾ ਵੱਡਾ ਸੂਰਮਾ ਹੈ। ਉਹ ਡਰ ਰਹਿਤ ਹੋ ਕੇ ਲੜਿਆ ਹੈ ਅਤੇ ਤੁਰਕਾਂ ਨੂੰ ਮਾਰਿਆ ਹੈ। ਦੁਸ਼ਮਣ ਦੀ ਸੈਨਾ ਬਹੁਤ ਵੱਡੀ ਸੀ, ਪਰ ਫਿਰ ਵੀ ਫਤਿਹ ਪ੍ਰਾਪਤ ਕੀਤੀ। ਜਦ ਤੱਕ ਅਸੀਂ ਸਾਰੇ ਲਾਂਕੇ ਆ ਨਹੀਂ ਗਏ ਤਦ ਤੱਕ ਖੜ੍ਹੇ ਹੋ ਕੇ ਲੜਦੇ ਰਹੇ। ਜਦ ਇਹ ਜਾਣ ਲਿਆ ਕਿ ਸਾਰੇ ਗੁਰੂ ਜੀ ਦੇ ਪਾਸ ਸੁੱਖ ਸਹਿਤ ਪਹੁੰਚ ਗਏ ਹਨ ਤਦ ਉਹ ਚੱਲ ਪਿਆ। ਉਸ ਦੀ ਸਿਫਤ ਨਹੀਂ ਕੀਤੀ ਜਾ ਸਕਦੀ, ਵੱਡੇ ਸਮੂਹ ਨੂੰ ਮਾਰਿਆ, ਪਰ ਉਸਨੇ ਕਿਸੇ ਦੀ ਵੀ ਸਾਡੇ ਵਿੱਚੋਂ ਸਹਾਇਤਾ ਨਹੀਂ ਮੰਗੀ ਹੈ। ਗੁਰੂ ਜੀ ਵਾਸਤੇ ਆਪਣੇ ਸਰੀਰ ਨੂੰ ਪਿਆਰ ਨਹੀਂ ਕੀਤਾ, ਥੋੜ੍ਹੇ ਸੁਰਮੇ ਲੈ ਕੇ ਬਹੁਤ ਵੱਡੀ ਸੈਨਾ ਨਾਲ ਲੜਿਆ। ਹਨੇਰਾ ਹੋਣ 'ਤੇ ਵੈਰੀ ਪਿੱਛੇ ਹਟ ਗਏ, ਵੇਖ ਕੇ ਇਹ ਕਿ ਇਹ ਛੱਡ ਕੇ ਦੂਰ ਚਲੇ ਗਏ ਹਨ, ਹੁਣ ਦੁਬਾਰਾ ਆਉਣ ਵਾਲੇ ਨਹੀਂ। ਹੁਣ ਨਗਾਰੇ ਵਜਾਉਂਦਾ ਆ ਰਿਹਾ ਹੈ, ਕੁਝ ਦੂਰ ਹੋ ਕੇ ਡੇਰਾ ਲਗਾ ਰਿਹਾ ਹੈ। ਇਹ ਸੁਣ ਕੇ ਸ਼੍ਰੀ ਗੁਰੂ ਹਰਿਰਾਏ ਜੀ ਬਹੁਤ ਪ੍ਰਸੰਨ ਹੋਏ। ਆਪਣੇ ਸਿੱਖ ਦੀ ਮਹਾਨਤਾ ਨੂੰ ਉਹ ਜਾਣ ਗਏ। ਗੁਰੂ ਜੀ ਨੇ ਤੁਰੰਤ ਇੱਕ ਸੇਵਕ ਨੂੰ ਗੌਰੇ ਵੱਲ ਭੇਜ ਕੇ ਕਿਹਾ, ਉਸਨੂੰ ਬੁਲਾ ਕੇ ਲਿਆਓ। ਉਸਨੇ ਬਹੁਤ ਵੱਡਾ ਯੁੱਧ ਲੜਿਆ ਹੈ, ਜਿਹੜਾ ਉਸਨੇ ਅਪਰਾਧ ਕੀਤਾ ਹੈ ਉਹ ਸਭ ਬਖਸ਼ ਦੇਈਏ ਅਤੇ ਸਾਰੇ ਦੁੱਖਾਂ ਤੋਂ ਹੁਣੇ ਹੀ ਛੁਟਕਾਰਾ ਕਰਵਾ ਦੇਈਏ। ਇਹ ਸੁਣ ਕੇ ਸੇਵਕ ਭੱਜਾ ਗਿਆ ਅਤੇ ਉਸਨੂੰ ਗੁਰੂ ਜੀ ਦਾ ਬਚਨ ਸੁਣਾਇਆ। ਭਾਈ ਭਗਤੂ ਦੇ ਪੁੱਤਰ ਨੇ ਭਲੀ ਪ੍ਰਕਾਰ ਹੱਥ ਜੋੜ ਕੇ ਉੱਥੇ ਖੜ੍ਹੇ ਖੜ੍ਹੇ ਹੀ ਅਭਿਵੰਦਨਾ ਕੀਤੀ। ਸੇਵਕ ਨੂੰ ਕਿਹਾ, ਤੁਸੀਂ ਚਲੋ, ਮੈਂ ਬਾਅਦ ਵਿੱਚ ਆਉਂਦਾ ਹਾਂ। ਮੈਂ ਆਪਣੇ ਸੂਰਮਿਆਂ ਦਾ ਡੇਰਾ ਲਗਾ ਰਿਹਾ ਹਾਂ ਜਿਨ੍ਹਾਂ ਦੇ ਸਰੀਰ ਜ਼ਖਮੀ ਹੋਏ ਹਨ। ਮੱਲਮ ਪੱਟੀ ਕਰਕੇ ਉਹਨਾਂ ਦਾ ਵਗਦਾ ਖੂਨ ਬੰਦ ਕਰਦਾ ਹਾਂ। ਮਿੱਠੇ ਵਚਨ ਕਹਿ ਕੇ ਉਹਨਾਂ ਨੂੰ ਧੀਰਜ ਕਰਨ ਵਾਸਤੇ ਕਹਿੰਦਾ ਹਾਂ। ਇਹ ਸੁਣ ਕੇ ਸੇਵਕ ਘੋੜੇ ਨੂੰ ਭਜਾ ਕੇ ਚਲਾ ਗਿਆ। ਜਿਸ ਤਰ੍ਹਾਂ ਗੌਰੇ ਨੇ ਕਿਹਾ ਸੋ ਗੁਰੂ ਜੀ ਨੂੰ ਸੁਣਾ ਦਿੱਤਾ। ਗੁਰੂ ਜੀ ਨੇ ਫਿਰ ਉਸਨੂੰ ਭੇਜਿਆ ਕਿਸੇ ਦੇਰ ਤੋਂ ਬਗੈਰ, ਉਸਨੂੰ ਹੁਣ ਇੱਥੇ ਲਿਆਓ। ਫਿਰ ਉਹ ਘੋੜਾ ਭਜਾ ਕੇ ਗਿਆ ਅਤੇ ਕਿਹਾ, ਜਲਦੀ ਚਲੋ, ਗੁਰੂ ਜੀ ਆਪ ਖੜ੍ਹੇ ਹੋ ਕੇ ਤੁਹਾਡੀ ਇੰਤਜ਼ਾਰ ਕਰ ਰਹੇ ਹਨ। ਮੈਨੂੰ ਕਹਿ ਕੇ ਤੁਰੰਤ ਭੇਜ ਦਿੱਤਾ ਹੈ, ਹੁਣ ਆਪਣੇ ਨਾਲ ਮਿਲਾਉਣਾ ਚਾਹੁੰਦੇ ਹਨ। ਭਾਈ ਭਗਤੂ ਦੇ ਪੁੱਤਰ ਨੇ ਫਿਰ ਉਚਾਰਨ ਕੀਤਾ, ਉਹਨਾਂ ਨੂੰ ਜਾ ਕੇ ਕਹੋ ਕਿ ਹੱਥ ਪੈਰ ਧੋਂਦਾ ਹੈ, ਅੰਗਾਂ ਤੋਂ ਧੂੜ ਉਤਾਰ ਕੇ ਆਉਂਦਾ ਹੈ ਅਤੇ ਗੁਰੂ ਜੀ ਦੇ ਚਰਨਾਂ ਦੇ ਦਰਸ਼ਨ ਕਰਨ ਲਈ ਬੜਾ ਲਲਚਾਇਆ ਹੋਇਆ ਹੈ। ਸੇਵਕ ਨੇ ਇਹ ਸੁਣ ਕੇ ਗੁਰੂ ਜੀ ਨੂੰ ਆ ਸੁਣਾਇਆ। ਗੁਰੂ ਜੀ ਨੇ ਕਿਸੇ ਹੋਰ ਸੇਵਕ ਨੂੰ ਭੇਜ ਦਿੱਤਾ ਅਤੇ ਕਿਹਾ, ਹੁਣ ਭਾਈ ਭਗਤੂ ਦੇ ਪੁੱਤਰ ਨੂੰ ਜਾ ਕੇ ਕਹੋ ਕਿ ਜੇ ਤੂੰ ਇੱਧਰ ਚੱਲ ਕੇ ਨਹੀਂ ਆਉਂਦਾ ਤਾਂ ਗੁਰੂ ਜੀ ਤੁਹਾਡੇ ਪਾਸ ਆਪ ਆਉਂਦੇ ਹਨ, ਨਹੀਂ ਤਾਂ ਜਾਓ, ਗੁਰੂ ਜੀ ਆਪ ਨੂੰ ਬੁਲਾਉਂਦੇ ਹਨ। ਇਸ ਤਰ੍ਹਾਂ ਜਾ ਕੇ ਕਿਹਾ ਤਾਂ ਸੁਣ ਕੇ ਪੂਰਨ ਗੁਰੂ ਜੀ ਨੂੰ ਸਮਝ ਕੇ ਤੁਰੰਤ ਚਲਾ ਗਿਆ। ਮਿੱਟੀ ਘੱਟੇ ਅਤੇ ਸ਼ਸਤਰਾਂ ਸਮੇਤ ਘੋੜੇ 'ਤੇ ਚੜ੍ਹ ਕੇ ਚੱਲ ਪਿਆ ਅਤੇ ਉੱਥੇ ਪਹੁੰਚ ਗਿਆ ਜਿੱਥੇ ਗੁਰੂ ਹਰਿਰਾਏ ਜੀ ਬੜੇ ਉਤਸ਼ਾਹ ਭਰੇ ਪ੍ਰਸੰਨ ਬੈਠੇ ਸਨ। ਸੋ ਸਾਧ ਸੰਗਤ, ਜਿੱਥੇ 10ਵੀਂ ਰਾਸ ਦਾ 14ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।